ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜਨਾ ਕਰੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਮਨ ਲਈ ਹਮੇਸ਼ਾ ਦਾਸ ਬੇਨਤੀ ਕਰਦਾ ਹੈ, ਜਿਵੇਂ ਗੁਰਬਾਣੀ ਵਿੱਚ ਮਨ ਨੂੰ ਹੀ ਸਮਝਾਇਆ ਹੈ, ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਏ ਗਿਆਨ। ਜਿੰਨਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ, ਉਹ ਮਨ ਨੂੰ ਹੀ ਦਿੱਤਾ ਗਿਆ ਹੈ, ਸਰੀਰ ਨੂੰ ਵੀ ਦਿੱਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਪਰ ਸਰੀਰ ਵਿਚਾਰਾ ਮਨ ਦੇ ਵਸ ਹੈ, ਕਿਉਂਕਿ ਮਨ ਸਰੀਰ ਦੇ ਵਿੱਚ ਰਹਿੰਦਾ ਹੈ। ਜਿਹੜਾ ਕਿਸੇ ਮਕਾਨ ਦੇ ਵਿੱਚ ਰਹਿੰਦਾ ਹੈ, ਇਹ ਉਹਨੇ ਦੇਖਣਾ ਹੈ ਮਕਾਨ ਨੂੰ, ਅੰਦਰੋਂ ਮੈਂ ਸਾਫ ਰੱਖਣਾ ਹੈ ਕਿ ਮੈਲਾ ਕਰਨਾ ਹੈ। ਮਨ ਨੇ ਹੀ ਖਿਲਾਰਾ ਪਾਇਆ ਹੋਇਆ ਹੈ, ਮਨ ਨੂੰ ਹੀ ਸਤਿਗੁਰਾਂ ਨੇ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਬੜਾ ਯਤਨ ਕੀਤਾ ਹੈ ਮਨ ਸਮਝ ਜਾਵੇ। ਮਨ ਰੇ ਸਮਝ, ਕਮਨ ਮਤ ਲਾਗਾ, ਮਨ ਰੇ ਕਹਾਂ ਪਇਓ ਤੈ ਬੌਰਾ, ਮਨ ਰੇ ਕੌਣ ਕੁਮਤ ਤੈ ਲੀਨੀ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਗੁਰਬਾਣੀ ਦਾ ਉਪਦੇਸ਼ ਇਹ ਮਨ ਸੁਣ ਲਵੇ। ਜੇ ਅਸੀਂ ਗੁਰਸਿੱਖ ਹਾਂ ਤਾਂ ਵੀ ਹੁਕਮ ਹਨ, ਉਪਦੇਸ਼ ਸੁਣੋ ਤੁਮ ਗੁਰਸਿੱਖੋ। ਸਤਿਗੁਰਾਂ ਦੇ ਜੋ ਉਪਦੇਸ਼ ਹਨ, ਉਸ ਇਹ ਮਨ ਵੀ ਗੁਰਸਿੱਖ ਹੈ ਉਸੇ ਨੇ ਸੁਣਨੇ ਹਨ। ਦੱਖਣੀ ਓਅੰਕਾਰ ਜੀ ਦੀ ਕਥਾ, ਸ਼ਬਦਾਂ ਦੀ ਆਪ ਜੀ ਸਰਵਣ ਕਰਦੇ ਹੋ, ਆਪ ਜੀ ਸਾਧ ਸੰਗਤ ਗੁਰੂ ਰੂਪ ਹੋ, ਜਿੰਨਾ ਵੀ ਸੰਸਾਰ ਭਰਿਆ ਪਿਆ ਹੈ ਤਨਾਂ ਦੇ ਨਾਲ, ਉਹਨਾਂ ਦੇ ਵਿੱਚ ਮਨ ਵਸਦੇ ਹਨ। ਤਨ ਮਹਿ ਮਨ ਕੋ ਗੁਰ ਮੁਖ ਵੇਖੈ। ਪਿੱਛੇ ਆਪ ਜੀ ਨੇ ਸਰਵਣ ਕੀਤਾ ਹੈ ਕੱਲ ਦੀ ਕਥਾ ਵਿੱਚ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਦੇਹ ਨੂੰ ਮਨ ਨੂੰ ਵਿਛੋੜਿਆ ਹੈ, ਅਰਦਾਸ ਕਰਦੇ ਰਹੀਏ ਉਹ ਆਪੇ ਜੋੜ ਦੇਣਗੇ, ਵਿਛੜਿਆ ਹੋਇਆਂ ਨੂੰ ਮਿਲਾ ਦੇਣਗੇ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਹੈ। ਦੱਖਣੀ ਓਅੰਕਾਰ ਵਿਛੜਿਆ ਹੋਇਆਂ ਨੂੰ ਮੇਲ ਦਿੰਦੇ ਹਨ ਅਕਾਲ ਪੁਰਖ ਜੀ ਦੇ ਨਾਲ ਸਤਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਕਲਗੀਧਰ ਸਾਹਿਬ ਦਸਮੇਸ਼ ਪਿਤਾ ਜੀ ਇਸ ਵੇਲੇ ਪ੍ਰੈਜੈਂਟ ਟਾਈਮ ਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪਾਂ ਪੜ੍ਹਿਆ ਸੀ ਨਾਨਕ ਪ੍ਰਭ ਪ੍ਰਭ ਜੇ ਕਰੀ ਮੇਲੇ ਮੇਲਣ ਹਾਰ, ਜੇ ਵਾਹਿਗੁਰੂ 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 ਵਾਹਿਗੁਰੂ, ਇਹ ਰਸਨਾ ਆਖਦੀ ਰਵੇ ਤੇ ਆਪੇ ਇੱਕ ਦਿਨ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ
ਮਿਲਾਪ ਕਰਵਾ ਦਿੰਦੇ ਹਨ। ਜਿਨ ਵਿਛੋੜੀ ਸੌ ਮੇਲ ਸੀ, ਉਹ ਆਪੇ ਮੇਲ ਦੇਣਗੇ ਮੇਰੇ ਕਰਤਾ ਪੁਰਖ ਵਾਹਿਗੁਰੂ ਜੀ। ਪਰ ਗੁਰੂ ਸਾਹਿਬ ਜੀ ਨਾਲ ਪਿਆਰ ਚਾਹੀਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਚਾਹੀਦਾ ਹੈ, ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਨਾਲ ਪਿਆਰ ਚਾਹੀਦਾ ਹੈ। ਗੁਰ ਕੈ ਹੇਤ ਅਪਾਰ, ਗੁਰੂ ਮਹਾਰਾਜ ਜੀ ਨਾਲ ਨਿਉ ਕਰੋ, ਪਿਆਰ ਕਰੋ। ਗੁਰੂ ਗੁਰੂ ਗੁਰ ਕਰ ਮਨ ਮੋਰ, ਆਪਣੇ ਮਨ ਨੂੰ ਆਖੋ ਗੁਰੂ ਗੁਰੂ ਆਖਿਆ ਕਰ, ਗੁਰੂ ਗੁਰੂ ਕਿਹਾ ਕਰ, ਗੁਰੂ ਗੁਰੂ ਜਪਿਆ ਕਰ। ਵਾਹਿਗੁਰੂ ਗੁਰ ਮੰਤਰ ਹੈ, ਜਪਦਾ ਰਿਹਾ ਕਰ, ਮੂਲ ਮੰਤਰ ਜਪਿਆ ਕਰ। ਇੱਕ ਓਅੰਕਾਰ, ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ। ਅੱਗੋਂ ਹੁਕਮ ਹਨ ਜਪ, ਮਹਾਰਾਜ ਕੀ ਜਪਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਦੱਖਣੀ ਓਅੰਕਾਰ ਜੀ ਦੇ ਪਵਿੱਤਰ ਬਚਨ ਹਨ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਬਾਬਾ ਜੀ ਦੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਸਤਿਗੁਰੂ ਜੀ ਫਰਮਾਉਂਦੇ ਹਨ, ਪਾਪ ਬੜਾ ਬੁਰਾ ਹੁੰਦਾ ਹੈ, ਕਿਉਂਕਿ ਪਾਪ ਕਰਨ ਵਾਲੇ ਹਾਏ ਹਾਏ ਕਰਦੇ ਹਨ, ਸਾਹ ਬੜੇ ਔਖੇ ਆਉਂਦੇ ਹਨ। ਹੁਕਮ ਹਨ, ਪਾਪੀ ਕਰਮ ਕਮਾਉਂਦੇ, ਪਾਪਾਂ ਵਾਲੇ ਜਿਹੜੇ ਜਿਹੜੇ ਬੰਦੇ ਬੰਦੀਆਂ ਕਰਮ ਕਮਾਉਂਦੇ ਹਨ, ਕਰਦੇ ਹਾਏ 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 ਕਰਦੇ ਹਨ, ਕਿਉਂਕਿ ਪਾਪਾਂ ਨੂੰ ਫਲ ਹੀ ਹਾਏ ਹਾਏ ਦਾ ਲੱਗਦਾ ਹੈ। ਪਾਪ ਬੜਾ ਬੁਰਾ ਹੈ। ਅੱਜ ਦੀ ਕਥਾ ਵਿੱਚ ਪਾਪ ਬੁਰਾ, ਪਾਪ ਬੜਾ ਬੁਰਾ ਹੈ, ਨਹੀਂ ਕਰਨਾ ਚਾਹੀਦਾ, ਡਰਨਾ ਚਾਹੀਦਾ ਹੈ ਵਾਹਿਗੁਰੂ ਜੀ ਤੋਂ। ਪਰ ਪਾਪੀ ਨੂੰ ਬੜਾ ਪਿਆਰਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਜੋ ਪਾਪੀ ਹੈ ਸਿਨਰ ਹੈ ਉਹਨੂੰ ਬੜਾ ਪਿਆਰਾ ਲੱਗਦਾ ਹੈ। ਉਹਦਾ ਤਨ ਵੀ ਪਾਪਾਂ ਨਾਲ ਜੁੜਿਆ ਹੋਇਆ ਹੈ, ਮਨ ਵੀ ਪਾਪਾਂ ਨਾਲ ਜੁੜਿਆ ਹੈ, ਜੁੜਿਆ ਹੋਇਆ ਹੈ। ਕਾਰਨ ਕੀ? ਕੁ ਗੁਰੂ ਤੋਂ ਵਿਛੜ ਗਿਆ ਹੈ, ਡਿਟੈਚ ਹੋ ਗਿਆ ਹੈ। ਪਾਪ ਬੁਰਾ ਨੌਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤੇ ਹਨ, ਨਰ ਕਿਉਂ ਅਚੇਤ ਹੋਇਆ ਫਿਰਦਾ ਹੈ, ਕਿਉਂ ਭੁੱਲ ਗਿਆ ਹੈ ਕਰਤਾ ਪੁਰਖ ਜੀ ਨੂੰ, ਵਾਹਿਗੁਰੂ ਜੀ ਨੂੰ, ਸਿਰਜਣਹਾਰ ਜੀ ਨੂੰ, ਸਤਨਾਮ ਜੀ ਨੂੰ, ਨਿਰੰਕਾਰ ਵਾਹਿਗੁਰੂ ਜੀ ਨੂੰ, ਉਸ ਦੁਨੀਆਂ ਦੇ ਸਿਰਜਣਹਾਰ ਨੂੰ ਕਿਉਂ ਭੁਲਾ ਦਿੱਤਾ ਹੈ? ਨੌਵੇਂ ਪਾਤਸ਼ਾਹ, ਨੌਵੇਂ ਧੰਨ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਹਨ, ਮਨ ਨੂੰ ਸਮਝਾਉਂਦੇ ਹਨ। ਦੇਹ ਆਪੇ ਸਮਝ ਜਾਂਦੀ ਹੈ, ਕਿਉਂਕਿ ਦੇਹ ਦੇ ਵਿੱਚ ਮਨ ਰਹਿੰਦਾ ਹੈ, ਤਨ ਦੇ ਵਿੱਚ ਮਨ ਰਹਿੰਦਾ ਹੈ। ਮਨ ਦੀਆਂ ਕਰਤੂਤਾਂ ਐਸੀਆਂ ਹਨ, ਕਰਤੂਤ ਪਸੂ ਕੀ ਮਾਨਸ ਜਾਤ। ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਨਰ ਅਚੇਤ ਤੇ ਡਰ ਰੇ, ਪਾਪ ਤੇ ਡਰ ਰੇ, ਤਾਂ ਗੁਰਦੁਆਰਾ ਸਾਹਿਬ ਜਾਈਦਾ ਹੈ। ਗੁਰਬਾਣੀ ਇਹਨਾਂ ਡੋਲਿਆਂ ਵਿੱਚ, ਇਹਨਾਂ ਭਾਂਡਿਆਂ ਵਿੱਚ, ਇਹਨਾਂ ਕੰਨਾਂ ਦੇ ਵਿੱਚ ਪੈ ਕੇ ਅੰਦਰ ਚਲੀ ਜਾਵੇ, ਜਿਵੇਂ ਮੂੰਹ ਰਾਹੀਂ ਭੋਜਨ ਅੰਦਰ ਜਾਂਦਾ ਹੈ। ਗੁਰਬਾਣੀ ਵੀ ਭੋਜਨ ਹੈ, ਕੀਰਤਨ ਵੀ ਭੋਜਨ ਹੈ।
मन तृप्त हो जावे ए भी भोजन है, तृप्त पई सच भोजन खाया सच नाल प्यार पै जावे ए भी भोजन है, प्रशादा है। दो तरह के भोजन हैं, एक शब्द का भोजन है, एक इस ढिड नूं झुलका देने वाला भोजन है ताकि देह चलती रहे। सिमरन अकाल पुरख वाहिगुरु जी की याद का भोजन भी है। गुरु घर विच इस देह वास्ते भी भोजन मिलता है, इस आत्मा मन वास्ते भी भोजन मिलता है गुरबाणी का। ये ते भागां दी खेड है किनू केड़ा भोजन चाहिदा है। नर अचेत क्यों भुलिया फिरदा है, पाप ते डर रे, पापां तो डर, पाप करन तो डर, नहीं तां हाए हाए करना पवेगा, पापी कर्म कमाम दे कर दे हाए हाए। नानक ज्यों मथन मदानिया त्यों मथे धर्म राय। जिवें मदानी दुध नूं दही नूं रिड़क छड़दी है, इस तरह रिड़क छड़दा है धर्म राज जिहड़े जिहड़े पाप कीते ने। कबीर जीते पाप किए राखे तले दुराए, प्रगट भय निदान सब जब पूछे धर्म राए। उस वेले किते पाप सामने पए होंदे हन, उस वेले कोई रखवाला नहीं तेरा बंदे नूं समझाउंदे हन। धन गुरु नानक साहब जी दखणी ओंकार विच हुक्म कर रहे हन सब संगतां नूं, सबना मना नूं, सबना बेनती कीती है, तन आपे सुलझ जांदे हन, समझ जांदे हन। जे मकान विच रहण वाला सियाणा होवे, साफ रखे मकान नूं, कमरे नूं, देह नूं, तन नूं, शरीर नूं। पाप बुरा पापी को प्यारा, पाप मिठे लगते हन, गुरबाणी मिठी नहीं लगती, अमृत बाणी गुर की मिठी ओदे नाल प्यार नहीं करता, पापा नाल प्यार करता है। पाप बुरा पापी को प्यारा, पापी नू बड़ा प्यारा लगता है पाप, तन करके मन करके पाप दे नाल चंबड़ जाता है। जिंदगी मिली सी नाम जपण वास्ते, सिमरन करन वास्ते, पर पापां दा गड्डा लद लिया, पापां दा ट्रक भर लिया, पाप ही पाप भर ले, पापां दा पोटला इकट्ठा कर लिया। जदों किते जाइए ते समान लद लईदा है, अंत वेले जाण वास्ते लद लए हन पाप बंदे ने। ਉਹ ਲੱਦੇ ਹੋਏ ਪਾਪ ਇਹਨੂੰ ਕੱਲੇ ਨੂੰ ਲੈ ਕੇ ਜਾਣੇ ਪੈਣਗੇ। ਦੁਨੀਆਂ ਤੇ ਪਸਾਰਾ ਵੀ ਬੜਾ ਵੱਡਾ ਪਾਇਆ ਹੋਇਆ ਹੈ, ਉਹ ਪਾਪਾਂ ਦਾ ਹੀ ਪਸਾਰਾ ਹੈ। ਪਾਪ ਲੱਦੇ ਆਪ ਵੀ ਲੱਦਿਆ ਜਾਵੇਗਾ, ਚੌਹਾਂ ਮੋਢਿਆਂ ਤੇ ਵੇਖੋ ਬੰਦਾ ਚੱਲਿਆ, ਚੌਹ ਜਣਿਆਂ ਦੇ ਕੰਨ, ਕੰਨ ਕਹਿੰਦੇ ਨੇ ਆ ਜਿਹੜੇ ਮੋਢੇ ਨੇ। ਹੁਣ ਤੇ ਦਾਸ ਦੇਖਦਾ ਹੈ ਉਹ ਚੌਹਾਂ ਨੂੰ ਵੀ ਭਾਰਾ ਲੱਗਦਾ ਹੈ, ਕਦੀ ਕੋਈ ਮੋਢਾ ਦੇ ਦਿੰਦਾ ਹੈ, ਕਦੀ ਕੋਈ ਮੋਢਾ ਦੇ ਦਿੰਦਾ ਹੈ, ਐਨੀ ਦੇਹ ਭਾਰੀ ਹੋ ਜਾਂਦੀ ਹੈ ਜਦੋਂ ਵਿੱਚੋਂ ਦਮ ਨਿਕਲ ਜਾਂਦੇ ਹਨ। ਡਰੀਏ ਅਕਾਲ ਪੁਰਖ ਵਾਹਿਗੁਰੂ ਜੀ ਤੋਂ, ਚੰਗੇ ਚੰਗੇ ਕੰਮ ਕਰੀਏ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਦ ਰਿਕਾਰਡ ਆਫ ਗੁੱਡ and bad deeds is read out in the presence of God. ਵਾਹਿਗੁਰੂ ਜੀ ਸਾਹਮਣੇ ਸਭ ਕੁਝ ਆ ਜਾਵੇਗਾ ਜੋ ਜੋ ਕਰਕੇ ਚੱਲਿਆ ਹੈ ਬੰਦਾ। ਕਰਮੀ ਆਪੋ ਆਪਣੀ
ਪੁੱਤਰਾਂ ਦੀ ਕਰਮੀ ਆਪਣੀ, ਮਾਂ ਦੀ ਕਰਮੀ ਆਪਣੀ, ਪਿਓ ਦੀ ਕਰਮੀ ਆਪਣੀ, ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੀ ਕਰਮੀ ਆਪਣੀ। ਕਰਮ ਕਹਿੰਦੇ ਨੇ ਜੋ ਜੋ ਬੰਦਾ ਡੀਡਸ ਕਰਮ ਕਰਦਾ ਹੈ ਸਾਰਾ ਦਿਨ, ਸਭ ਦੇ ਆਪੋ ਆਪਣੇ ਕਰਮ ਹਨ, ਆਪੋ ਆਪਣੇ ਕਰਮਾਂ ਦੇ ਮੁਤਾਬਕ ਸਾਰਿਆਂ ਨੂੰ ਲੇਖੇ ਦੇਣੇ ਪੈਣਗੇ। ਬੰਦਿਆ ਤੂੰ ਆਪਣੇ ਕਰਮਾਂ ਤੋਂ ਡਰ, ਗੁਰੂ ਸਾਹਿਬ ਦੇ ਹੁਕਮ ਹਨ। ਆਪਣੇ ਕਰਮ ਕੀ ਗੱਤ, ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਕਾਸ ਕਾ ਪੂਲਾ, ਜਿਵੇਂ ਘਾਹ ਸੜਦਾ ਹੈ ਤਿਵੇਂ ਸਿਰ ਦੇ ਵਾਲ ਸੜਦੇ ਹਨ। ਉਦਾਸ ਨਾ ਹੋਣਾ, ਗੁਰਬਾਣੀ ਬੜਾ ਗਿਆਨ ਦਿੰਦੀ ਹੈ। ਬਹੁਤ ਦੁਨੀਆ ਐਸੇ ਸ਼ਬਦ ਸੁਣ ਕੇ ਉਦਾਸ ਹੋ ਜਾਂਦੀ ਹੈ, ਪਹਿਲੇ ਕਹਿ ਦਿੰਦੀ ਹੈ ਗਿਆਨੀ ਜੀ ਇਹੋ ਜਿਹਾ ਕੋਈ ਸ਼ਬਦ ਨਾ ਪੜਿਓ, ਖੁਸ਼ੀ ਦੇ ਸ਼ਬਦ ਪੜਿਓ। ਮਨ ਡਰਦਾ ਹੈ, ਮਨ ਡਰਦਾ ਹੈ, ਮਨ ਡਰਦਾ ਹੈ, ਪਿਆਰਿਓ ਡਰੋ ਨਾ, ਗੁਰਬਾਣੀ ਨੂੰ ਸਰਵਣ ਕਰੋ। ਪਾਪ ਲੱਦੇ ਸਾਰੀ ਉਮਰ, ਪਾਪ ਹੀ ਬੰਦਾ ਬੰਦੀ ਲੱਦਦੇ ਰਹਿੰਦੇ ਹਨ ਤੇ ਪਾਪਾਂ ਦਾ ਹੀ ਪਸਾਰਾ ਪਾ ਰੱਖਦੇ ਹਨ ਦੁਨੀਆਂ ਤੇ, ਹਾਲੇ ਸਭ ਕੁਝ ਇੱਥੇ ਰਹਿ ਜਾਣਾ ਹੈ, ਨਾਲ ਪਾਏ ਹੋਏ ਕੱਪੜੇ ਵੀ ਨਹੀਂ ਜਾਣੇ, ਉਹ ਵੀ ਅਗਨ ਦੇਵਤੇ ਨੇ ਲੈ ਲੈਣੇ ਹਨ, ਸੜ ਜਾਣੇ ਹਨ। ਜੇ ਬਹੁਤੇ ਕੀਮਤੀ ਹੋਣ ਤੇ ਉਹ ਵੀ ਸਮਿਟਰੀ ਸ਼ਮਸ਼ਾਨ ਭੂਮੀ ਪਹੁੰਚਦਿਆਂ ਹੀ ਲਾਹ ਕੇ ਪਰੇ ਕਰ ਦਿੰਦੇ ਹਨ, ਕਿਸੇ ਦੇ ਕੰਮ ਆ ਜਾਏਗਾ। ਅੱਖਾਂ ਨਾਲ ਇਹ ਸਭ ਕੁਝ ਦਾਸ ਨੇ ਤੱਕਿਆ ਹੈ। ਜਦੋਂ ਜਾਂਦਾ ਹਾਂ ਅਰਦਾਸ ਕਰਨ ਵਾਸਤੇ ਮ੍ਰਿਤਕ ਸਰੀਰ ਦੇ ਨਾਲ, ਉਥੋਂ ਗਿਆਨ ਲੈਂਦਾ ਹਾਂ, ਕੋਈ ਵੀ ਚੀਜ਼ ਨਾਲ ਨਹੀਂ ਗਈ, ਕੁਝ ਅੱਗ ਵਿੱਚ ਸੜ ਗਈ, ਕੁਝ ਇੱਥੇ ਹੀ ਲੋਕਾਂ ਨੇ ਲਾਹ ਕੇ ਰੱਖ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿਉਂ ਪਾਪ ਲੱਦ ਰਿਹਾ ਹੈ, ਪਾਪ ਲੱਦੇ ਪਾਪੇ ਪਾ ਸਾਰਾ, ਜਿੰਨਾ ਪਸਾਰਾ ਬੰਦਾ ਬੰਦੇ ਨੇ ਪਾਇਆ ਹੋਇਆ ਹੈ ਉਹਦੇ ਵਿੱਚ, ਜੇ ਤਾਂ ਪਾਪ ਹਨ ਤਾਂ ਬੜੀ ਬੁਰੀ ਗੱਲ ਹੈ। ਹੁਣ ਸੁਮਤੀ ਦਿੰਦੇ ਹਨ, ਅਕਲ ਦਿੰਦੇ ਹਨ, ਸੋਝੀ ਦਿੰਦੇ ਹਨ, ਸਮਝਾਉਂਦੇ ਹਨ ਦੱਖਣੀ ਓਅੰਕਾਰ ਜੀ ਦੇ ਵਿੱਚ, ਹਰ ਬੰਦੇ ਨੂੰ, ਹਰ ਬੰਦੀ ਨੂੰ, ਹਰ ਤਨ ਵਿੱਚ ਰਹਿ ਰਹੇ ਮਨ ਨੂੰ, ਕੋਈ ਵੀ ਹੋਵੇ ਮਨ ਨੂੰ, ਪਰ ਹਰ ਪਾਪ ਪਛਾਣੈ ਆਪ। ਪਰ ਹਰ ਕਹਿੰਦੇ ਨੇ ਜਿਵੇਂ ਪੰਜ ਪੌੜੀਆਂ ਵਿੱਚ ਸਤਿਗੁਰੂ ਜੀ ਕਹਿੰਦੇ ਹਨ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਪਰ ਹਰ ਦੂਰ ਹੋ ਜਾਂਦੇ ਹਨ, ਸੁੱਖ ਘਰ ਵਿੱਚ ਆ ਜਾਂਦੇ ਹਨ, ਸੁੱਖ ਘਰ ਵਿੱਚ ਡੇਰਾ ਲਾ ਲੈਂਦੇ ਹਨ। ਪਰ ਹਰ ਪਾਪ, ਪਾਪ ਜਿਹੜੇ ਹਨ ਉਹ ਦੂਰ ਹੋ ਜਾਣ, ਸਿਮਰਨ ਕਰ ਕਰਕੇ, ਬੰਦਗੀ ਕਰ ਕਰਕੇ, ਨਾਮ ਜਪ ਜਪ ਕੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਾ ਕਰ ਕਰਕੇ, ਗੁਰੂ ਘਰ ਵਿੱਚ ਲੰਗਰ ਦੇ ਭਾਂਡੇ ਮਾਂਜ ਮਾਂਜ ਕੇ, ਤੱਪੜ ਝਾੜ ਝਾੜ ਕੇ, ਗੁਰੂ ਘਰ ਵਿੱਚ ਚਦਰਾਂ ਵਿਛਾ ਵਿਛਾ ਕੇ ਸੇਵਾ ਕਰ ਕਰਕੇ, ਹੂਵਰ ਮਾਰ ਮਾਰ ਕੇ ਸਮੇਂ ਦੇ ਮੁਤਾਬਕ, ਅੱਜ ਕੱਲ੍ਹ ਹੂਵਰ ਹਨ, ਪਹਿਲੇ ਹੋਰ ਤਰ੍ਹਾਂ ਸਫਾਈਆਂ ਕੀਤੀਆਂ ਜਾਂਦੀਆਂ ਸਨ। ਪਰ ਹਰ ਪਾਪ, ਪਰੇ ਸੇਵਾ ਤਾਂ ਹੋ ਸਕਦੀ ਹੈ ਜੇ ਬੰਦਾ ਪਾਪਾਂ ਤੋਂ ਦੂਰ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਵੀ ਹਨ, ਪਾਪ ਕਮਾਉਂਦੇ ਆ, ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਬੇਲੀ ਨਹੀਂ ਬਣੇਗਾ, ਤਿਉਂ ਇਹਨਾਂ ਲਈ ਇਕੱਠਾ ਕਰ ਕਰਕੇ, ਜੋੜ ਜੋੜ ਕੇ ਖੁਸ਼ ਹੋ ਰਿਹਾ ਹੈ। ਪਾਪ ਕਮਾਉਂਦੇ ਆ, ਤੇਰਾ ਪਾਪ ਕਮਾਉਂਦਿਆ, ਤੇਰਾ ਕੋਈ ਨਾ ਬੇਲੀ ਰਾਮ, ਪਾਪਾਂ ਤੋਂ ਪਰੇ ਹੋ ਕੇ ਸੇਵਾ ਸਿਮਰਨ ਬੰਦਗੀ ਕਰ। ਜਿਵੇਂ ਦਵਾਈਆਂ ਖਾਣ ਲਈ ਪਰਹੇਜ ਚਾਹੀਦਾ ਹੈ, ਤਿਵੇਂ ਸੇਵਾ ਕਰਨ ਵਾਸਤੇ ਵੀ ਪਰਹੇਜ ਕਰ, ਪਾਪਾਂ ਦਾ ਡਰ ਨਾ ਰਾਜੇਤ, ਪਾਪ ਤੇ ਡਰ ਰੇ, ਇਹਨਾਂ ਨੂੰ ਆਪਣੇ ਤੋਂ ਦੂਰ ਕਰ ਲੈ।
ਪਾਪ ਤੇਰੇ ਨੇੜੇ ਨਾ ਆਵੇ। ਪਰ ਹਰ ਪਾਪ ਪਛਾਣੈ ਆਪ, ਜਦੋਂ ਪਾਪਾਂ ਨੂੰ ਤੂੰ ਛੱਡ ਦੇਵੇਂਗਾ ਤੈਨੂੰ ਆਪਣੇ ਆਪ ਦੀ ਪਛਾਣ ਆ ਜਾਵੇਗੀ, ਤੈਨੂੰ ਸਮਝ ਪੈ ਜਾਵੇਗੀ ਮੈਂ ਤਾਂ ਬਹੁਤ ਪਵਿੱਤਰ ਹਾਂ, ਮੈਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭੇਜਿਆ ਹੋਇਆ ਸੱਚਾ ਤੇ ਸੁੱਚਾ ਬੰਦਾ ਹਾਂ। ਤੈਨੂੰ ਸਮਝ ਪੈ ਜਾਵੇਗੀ, ਆਪਣੇ ਆਪ ਨੂੰ ਤੂੰ ਪਛਾਣ ਲਵੇਂਗਾ। ਪਰ ਹਰ ਪਾਪ, ਪਰ ਪਾਪ ਤੈਨੂੰ ਛੱਡਣੇ ਪੈਣਗੇ, ਪਾਪਾਂ ਤੋਂ ਪਰ ਹਰ ਦੂਰ ਹੋਣਾ ਹੋਵੇਗਾ, ਦੂਰ ਜਾਣਾ ਪਵੇਗਾ। ਪਛਾਣੇ ਆਪ, ਉਹ ਬੰਦਾ ਆਪਣੇ ਆਪ ਨੂੰ ਪਛਾਣ ਸਕਦਾ ਹੈ, ਨਹੀਂ ਤਾਂ ਉਂਝ ਹੀ ਮਰ ਜਾਂਦਾ ਹੈ। ਆਪਣੀ ਪਛਾਣ ਹੀ ਨਹੀਂ ਆਉਂਦੀ, ਸਮਝ ਹੀ ਨਹੀਂ ਪੈਂਦੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਪਤਾ ਹੀ ਨਹੀਂ ਲੱਗਦਾ, ਰੈਕਗਨਾਈਜ਼ ਨਹੀਂ ਕਰ ਸਕਦਾ, ਜ਼ਿੰਦਗੀ ਐਵੇਂ ਨਿਕਲ ਜਾਂਦੀ ਹੈ। ਮਨ ਤੂੰ ਜੋਤ ਸਰੂਪ ਹੈ, ਸਤਿਗੁਰਾਂ ਨੇ ਕਿਹਾ ਸੀ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ, ਸਦਾ ਸਦਾ ਰੰਗਮਾਨ, ਵਾਹਿਗੁਰੂ ਤੇਰੇ ਕੋਲ ਹੀ ਸੀ, ਪਰ ਤੈਨੂੰ ਸਾਰੀ ਉਮਰ ਵਿੱਚ ਹਉਮੈ ਭੀਤ ਕਰਾਰੀ ਹੈ, ਵਿੱਚ ਮੈਂ ਅਹੰਕਾਰ ਦੀ ਕੰਧ ਕਰ ਲਈ, ਤੂੰ ਝੂਠ ਬੋਲ ਬੋਲ ਕੇ ਸਾਰਾ ਦਿਨ ਇੱਟਾਂ ਰੋੜੇ ਝੂਠ ਦੇ ਇੰਨੇ ਰੋਜ਼ ਇਕੱਠੇ ਕਰਦਾ ਹੈ, ਵਾਹਿਗੁਰੂ ਵੱਲੋਂ ਪੜਦਾ ਕਰ ਬੈਠਾ ਹੈ, ਤੈਨੂੰ ਵਾਹਿਗੁਰੂ ਨਹੀਂ ਦਿਸਦੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਣ ਵੀ ਆ ਜਾ ਹੁਕਮ ਦੇ ਵਿੱਚ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਰੋਕਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੱਖਣੀ ਓਅੰਕਾਰ ਜੀ ਦੇ ਵਿੱਚ, ਪਾਪਾਂ ਤੋਂ ਦੂਰ ਹੋ ਜਾਓ। ਪਰ ਹਰ ਦਾ ਭਾਵ ਹੁੰਦਾ ਦੂਰ ਹੋ ਜਾਓ, ਪਾਪਾਂ ਤੋਂ ਪਰੇ ਹੋ ਜਾਓ। ਪਛਾਣੇ ਆਪ, ਆਪਣੇ ਆਪ ਨੂੰ ਪਛਾਣੋ, ਤੁਸੀਂ ਕੌਣ ਹੈ, ਕੌਣ ਰੇ ਤੂੰ, ਕਹਾਂ ਤੇ ਆਇਓ, ਇਹ ਤੀਨ ਜਾਣੋ, ਕਬ ਹੋ ਚੱਲਣਾ, ਬਿਕਲ ਪਇਓ ਸੰਗਮਾਇਓ, ਬੇਕਲ ਹੋਇਆ ਪਿਆ ਹੈ, ਬੇਅਕਲ ਹੋਇਆ ਪਿਆ ਹੈ, ਬੇਅਕਲ ਪਇਓ ਸੰਗ ਮਾਇਓ, ਮਾਇਆ ਨੇ ਇਸ ਨੂੰ ਪਾਗਲ ਕੀਤਾ ਹੋਇਆ ਹੈ, ਇਨਸੇਨ ਕੀਤਾ ਹੋਇਆ ਹੈ। ਇਤਨੀ ਨਾ ਜਾਣੈ ਕਬ ਹੂੰ ਚੱਲਣਾ, ਇੰਨਾ ਵੀ ਨਹੀਂ ਪਤਾ ਲੱਗਦਾ ਕਦੋਂ ਚੱਲ ਪੈਣਾ ਹੈ, ਬਿਕਲ ਪਇਓ ਸੰਗ ਮਾਇਓ, ਮਾਇਆ ਨਾਲ ਅਕਲ ਵਾਲਾ ਦੇਖੋ ਬੇਅਕਲ ਹੋਇਆ ਪਿਆ ਹੈ। ਪਛਾਣੇ ਆਪ, ਗੁਰੂ ਦੇ ਲੜ ਲੱਗ ਕੇ ਆਪਣੇ ਆਪ ਦੀ ਪਛਾਣ ਆ ਜਾਂਦੀ ਹੈ, ਨਾ ਫਿਰ ਕੋਈ ਸੋਗ ਰਹਿੰਦਾ ਹੈ, ਨਾ ਕੋਈ ਵਿਜੋਗ ਰਹਿੰਦਾ ਹੈ, ਨਾ ਕੋਈ ਸੰਤਾਪ ਰਹਿੰਦਾ ਹੈ, ਸਭ ਖਤਮ ਹੋ ਜਾਂਦੇ ਹਨ। ਪਰ ਹਰ ਪਾਪ ਪਛਾਣੇ ਆਪ, ਇਸ ਸੋਗ ਵਿਜੋਗ ਸੰਤਾਪ, ਨਾ ਕੋਈ ਗਮ, ਨਾ ਕੋਈ ਵਿਛੋੜਾ, ਨਾ ਕੋਈ ਜ਼ਿੰਦਗੀ ਦੇ ਵਿੱਚ ਕਲੇਸ਼ ਆਉਂਦਾ ਹੈ। ਕੱਲ ਕਲੇਸ਼ ਭੈ ਪਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਅੱਗੋਂ ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਨਰਕੀ ਪੜਨ ਤੋਂ ਕਿਉਂ ਰਹੇ, ਨਰਕਾਂ ਵਿੱਚ ਪੈਣ ਤੋਂ ਕਿਵੇਂ ਬਚੇਗਾ ਇਹ ਬੰਦਾ, ਇਹ ਮਨ ਦੇਹ ਤਾਂ ਇੱਥੇ ਜਲ ਜਾਵੇਗੀ, ਸੜ ਜਾਵੇਗੀ, ਪਾਣੀ ਵਿੱਚ ਰੁੜ ਜਾਵੇਗੀ, ਮਿੱਟੀ ਵਿੱਚ ਦੱਬੀ ਜਾਵੇਗੀ, ਖਾਕ ਹੋ ਜਾਵੇਗੀ। ਸਿਆਰੀ ਲੱਗੀ ਹੋਈ ਹੈ, ਵੋਵਲਸ ਬੜੇ ਜ਼ਰੂਰੀ ਹਨ ਗੁਰਬਾਣੀ ਦੇ ਵਿੱਚ, ਜਿਵੇਂ ਏ ਈ ਆਈ ਓ ਯੂ ਹਨ, ਇਹ ਨਾ ਹੋਣ ਤਾਂ ਪੂਰੀ ਅੰਗਰੇਜ਼ੀ ਵੀ ਨਹੀਂ ਬੋਲੀ ਜਾਂਦੀ। ਸਿਆਰੀਆਂ ਬਿਹਾਰੀਆਂ ਦਾ ਭਾਵ ਨਾ ਪਤਾ ਹੋਵੇ ਤੇ ਗੁਰਬਾਣੀ ਦੇ ਹੁਕਮ ਵੀ ਅੰਦਰ ਨਹੀਂ ਗਿਆਨ ਪ੍ਰਾਪਤ ਹੁੰਦਾ, ਇਸ ਕਰਕੇ ਸਿਆਰੀਆਂ ਬਿਹਾਰੀਆਂ ਔਂਕੜ ਦਲੈਂਕੜ ਬੜੇ ਜ਼ਰੂਰੀ ਹਨ, ਇਹ ਵੋਵਲਸ ਹਨ।
ਨਰਕ ਨੂੰ ਵੀ ਸਿਆਰੀ ਲੱਗੀ ਹੋਈ ਹੈ। ਜਿਵੇਂ ਗੁਰ ਮੁਖ ਐਸਰਾ ਨਾਮ ਜਪੋ, ਕਿਉਂ ਬੈਖਰੀ ਨਾਲ, ਪਸੰਤੀ ਨਾਲ, ਪਰਾ ਨਾਲ, ਮਧਮਾ ਨਾਲ, ਇਹ ਸਾਰਿਆਂ ਦਾ ਧਾਗਾ ਸਾਹ ਹਨ। ਸਾਸ ਸਾਸ ਸਿਮਰੋ ਗੋਬਿੰਦ, ਕਿਸੇ ਨਾਲ ਵੀ ਜਪ ਲਓ, ਪਰ ਜੋੜ ਸਾਰਿਆਂ ਦਾ ਧਾਗੇ ਨਾਲ ਹੈ। ਉਹ ਧਾਗਾ ਕਿਹੜਾ ਹੈ? ਉਹ ਧਾਗਾ ਹੈ ਸਾਹਾਂ ਦਾ। ਭਾਵੇਂ ਬੈਖਰੀ ਨਾਲ ਜਪੋ, ਭਾਵੇਂ ਮਧਮਾ ਨਾਲ, ਤੇ ਭਾਵੇਂ ਪਸੰਤੀ ਨਾਲ, ਤੇ ਭਾਵੇਂ ਸੁੱਤਿਆਂ ਪਿਆਂ ਪਰਾ ਦੇ ਨਾਲ, ਜਿੱਥੋਂ ਮਾਂ ਦਾ ਨਾੜੂ ਕੱਟਿਆ ਹੈ, ਜਿਹੜੀ ਧੁਨੀ ਹੈ ਉੱਥੇ ਧੁਨ ਜੁੜ ਜਾਵੇ। ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ। ਜਿਵੇਂ ਗੁਰ ਮੁਖ ਐਸ ਰਾਹ ਪੈ ਜਾਓ, ਭਲਾ ਹੋ ਜਾਵੇਗਾ। ਇੱਥੇ ਨਰਕ ਨੂੰ ਸਿਹਾਰੀ ਲੱਗੀ ਹੈ। ਨਰਕ ਪੜਨ ਤੋਂ ਕਿਉਂ ਰਹੇ, ਨਰਕ ਵਿੱਚ ਪੈਣ ਤੋਂ ਕਿਉਂ ਕਿਵੇਂ ਬਚੇਗਾ, ਜਮਾ ਤੋਂ ਕਿਵੇਂ ਬਚੇਗਾ? ਕਿਉਂ ਬੰਚੈ ਜਮ ਕਾਲ, ਪਾਪ ਨਾ ਕਰ, ਨਹੀਂ ਤਾਂ ਨਰਕਾਂ ਵਿੱਚ ਸੁੱਟ ਦਿੱਤਾ ਜਾਵੇਗਾ। ਦੋਜਕ ਪਾਏ ਸਿਰਜਣ ਹਾਰੇ, ਲੇਖਾ ਮੰਗੇ ਪਾਣੀਆਂ, ਲੇਖਾ ਮੰਗ ਲੈਣਾ ਹੈ। ਤੂੰ ਕਿਉਂ ਇੰਨੇ ਪਾਪ ਕੀਤੇ, ਤੈਨੂੰ ਪਤਾ ਕਿਉਂ ਨਾ ਰਿਹਾ? ਤੂੰ ਕਿਉਂ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨੂੰ, ਉਸ ਬਚਨਾਂ ਨੂੰ ਸੁਣਿਆ, ਗੁਰਬਾਣੀ ਨੂੰ ਸੁਣਿਆ? ਨਰਕ ਪੜਨ ਤੋਂ ਕਿਉਂ ਰਹੇ, ਕਿਵੇਂ ਬਚ ਸਕਦਾ ਹੈ ਨਰਕਾਂ ਤੋਂ ਬਿਨਾਂ ਸਤਿਗੁਰੂ ਜੀ ਦੇ ਨਾਮ ਤੋਂ? ਕਿਉਂ ਬੰਚੈ ਜਮ ਕਾਲ, ਜਮਾਂ ਤੋਂ ਕਿਵੇਂ ਬਚੇਗਾ? ਜੋ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਿਛਨਾ ਬਸਾ ਹੈਗਾ। ਕਿਉਂ ਆਵਣ ਜਾਣਾ ਵਿਸਰੈ, ਕਿਵੇਂ ਤੇਰਾ ਜਮਣਾ ਮਰਨਾ ਮੁੱਕ ਜਾਵੇ? ਝੂਠ ਬੁਰਾ ਖੈ ਕਾਲ, ਇਹ ਝੂਠ ਜਿਹੜਾ ਹੈ ਬਹੁਤ ਬੁਰਾ ਹੈ। ਨਾ ਬੋਲਿਆ ਕਰ ਜ਼ਬਾਨ ਦੇ ਨਾਲ ਝੂਠ, ਨਾ ਬੋਲਿਆ ਕਰ ਸਾਰਾ ਦਿਨ ਟੈਲੀਫੋਨਾਂ ਤੇ ਝੂਠ, ਨਾ ਬੋਲਿਆ ਕਰ ਇਸ ਜੀਵਾ ਦੇ ਨਾਲ ਜ਼ਿੰਦਗੀ ਭਰ ਝੂਠ ਨਾ ਬੋਲਿਆ ਕਰ। ਇਹ ਝੂਠ ਤੈਨੂੰ ਖਾ ਜਾਵੇਗਾ, ਤੇਰਾ ਕਾਲ ਬਣ ਜਾਵੇਗਾ। ਨਾ ਜੰਜਾਲਾਂ ਦੇ ਵਿੱਚ ਐਵੇਂ ਲਪੇਟਿਆ ਰਿਹਾ ਕਰ। ਮਨ ਜੰਜਾਲੀ ਵੇੜਿਆ, ਵੇੜਿਆ ਕਹਿੰਦੇ ਨੇ, ਲਪੇਟਿਆ ਜਾਂਦਾ ਹੈ, ਮਰ ਜਾਂਦਾ ਹੈ, ਮਰਨ ਤੱਕ ਵੀ ਉਹਨਾਂ ਜੰਜਾਲਾਂ ਵਿੱਚ ਹੀ ਪਿਆ ਰਹਿੰਦਾ ਹੈ। ਕਹਿੰਦਾ ਹੁਣ ਵੀ ਪੁੱਤਰਾਂ ਦੀ ਮੈਂ ਮਦਦ ਕਰਾਂ, ਹੁਣ ਵੀ ਮੈਂ ਜਾ ਕੇ ਦੁਕਾਨ ਤੇ ਬਹਿ ਜਾਇਆ ਕਰਾਂ, ਹੁਣ ਵੀ ਮੈਂ ਫੈਕਟਰੀ ਚਲਾ ਜਾਵਾਂ, ਕਿਉਂਕਿ ਵਿਹੜਿਆ ਹੋਇਆ ਹੈ, ਚੰਬੜਿਆ ਹੋਇਆ ਹੈ, ਲਪੇਟਿਆ ਹੋਇਆ ਹੈ ਜੰਜਾਲਾਂ ਵਿੱਚ। ਕਦੀ ਨਹੀਂ ਕਹਿੰਦਾ ਮੈਂ ਘੜੀ ਜਾ ਕੇ ਗੁਰਦੁਆਰੇ ਬਹਿ ਜਾਵਾਂ। ਮਨ ਜੰਜਾਲੀ ਵੇੜਿਆ, ਪੀ ਜੰਜਾਲਾ ਮਾਹੇ। ਦੱਖਣੀ ਓਅੰਕਾਰ ਵਿੱਚ ਸਤਿਗੁਰੂ ਜੀ ਹੁਕਮ ਕਰਦੇ ਹਨ, ਐ ਮਨਾ ਬਿਨਾ ਨਾਮ ਤੋਂ ਤੂੰ ਨਹੀਂ ਛੁੱਟ ਸਕੇਗਾ। ਵਿਣ ਨਾ ਵੈ ਕਿਉਂ ਛੁੱਟੀ ਐ, ਪਾਪ ਨਾ ਕਰਿਆ ਕਰ, ਪਾਪ ਨਾ ਕਰਿਆ ਕਰ, ਕਿਸੇ ਦਾ ਬੁਰਾ ਨਾ ਕਰਿਆ ਕਰ। ਪਾਪੇ ਪਚ ਹੈ ਪਚਾਹੇ, ਇਹ ਪਾਪ ਹੀ ਤੈਨੂੰ ਖਤਮ ਕਰ ਦੇਣਗੇ, ਇਹ ਪਾਪ ਹੀ ਤੇਰੀ ਮ੍ਰਿਤੂ ਮੌਤ ਹੋ ਜਾਣਗੇ, ਇਹਨਾਂ ਪਾਪਾਂ ਕਰਕੇ ਹੀ ਲੋਕ ਤੈਨੂੰ ਮਾਰ ਦੇਣਗੇ, ਤੈਨੂੰ ਖਤਮ ਕਰ ਦੇਣਗੇ। ਡਰਿਆ ਕਰ, ਆਪਣੇ ਗੁਰੂ ਨਾਲ ਜੁੜਿਆ ਕਰ, ਬਿਨਾਂ ਨਾਮ ਤੋਂ ਤੇਰਾ ਛੁਟਕਾਰਾ ਨਹੀਂ ਹੋਵੇਗਾ ਇਹਨਾਂ ਪਾਪਾਂ ਤੋਂ। ਜਦੋਂ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ, ਬਾਜਾਂ ਵਾਲੇ ਦੇ ਚਰਨਾਂ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਕਰੇਗਾ, ਐ ਮਨਾ ਛੁੱਟ ਜਾਵੇਗਾ, ਪਾਪਾਂ ਤੋਂ ਛੁੱਟ ਜਾਵੇਗਾ, ਪਾਪਾਂ ਤੋਂ ਛੁੱਟ ਜਾਵੇਗਾ, ਪਾਪਾਂ ਤੋਂ ਛੁੱਟ ਜਾਵੇਗਾ। ਅੱਜ ਦੀ ਕਥਾ ਇੱਥੇ ਤੱਕ ਹੀ। ਸਾਧ ਸੰਗਤ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਇਹ ਦੱਖਣੀ ਓਅੰਕਾਰ ਜੀ ਦੇ ਬਚਨ ਹਨ। ਸਾਰੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਅੱਗੋਂ ਜੇ ਮਾਲਕ ਦਾ ਹੁਕਮ ਹੋਇਆ, ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੁਗੋ ਜੋਗਾ ਅਟਲ। ਧੰਨ 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 ਸਾਹਿਬ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਦਾ ਅਤਾਰ ਪਾਤਸ਼ਾਹ ਜੀਓ, ਆਗਿਆ ਪਈ ਅਕਾਲ ਕੀ।
तब है चलायो पंथ, सब सिखन को हुक्म है गुरु मान्यो ग्रंथ। सतगुरु जी दास सेवक दिलबाग सिंह पासों दखनी ओंकार जी दी कथा कर दिया, पवित्र गुरबाणी दे शब्द पढ़ दिया, तो कला कन्ना अखर अगे पिछे मैथों पढ़िया गया है। सतगुरु जी मैं भुल जांदा हां, मैनू खिमा कर दियो, अगे तो सुमति बख्शिश करन दी कृपालता करो जी। शुद्ध गुरबाणी पढ़न दा बल बुद्ध समर्था बख्शिश करन दी कृपा करो। आप कृपा निध हो, आप सबना ते दया करन वाले हो, मेरे ते भी कृपा निध दातार पातशाह जी दया करो। जिन्नी भी साध संगत है, रब दा रूप है, गुरु दा रूप है। फरीदा खालक खलक में खलक वसै रब माहे, मंदा किसनो आखी जा तिस बिन कोई ना है। बिना वाहिगुरु तो कोई भी जी नहीं दुनिया दे विच। आप साध संगत विच संगत हर प्रभ वसै जीओ, विच संगत दे अकाल पुरख जी वसदे हन। आप साध संगत वी दास नु खिमा कर देना, बेअंत भुलां हो जांदियां हन गुरबाणी पढ़न लगे हां। भुलण अंदर सब को अपुल, गुरु करतार दे हुक्म अनुसार मैं भुल जांदा हां, मैनूं साध संगत खिमा कर देण दी कृपालता करे। मैं सुनिया जे संगत खिमा कर देवे, दरगाह विच वी खिमा वाहिगुरु जी दे देंदे हन। ये जिन्नी भी सेवा है बड़े कर्मां वाली है। यूट्यूब दही दा एक चमचा भी होवे किन्ना दुध जम जांदा है। आ जड़ी साइड है संतां वाली, महापुरखां वाली, धन गुरु ग्रंथ साहिब जी वाली, धन गुरु नानक देव सच्चे पातशाह, बाजां वाले, कलगियां वाले, सतगुरु जी वाली, संतां महापुरखां दे महापुरखां का बोलना होवे कितै प्रथाए। ये जड़ियां पौड़ियां रब वल जा रहियां हन, मना नूं अकाल पुरख जी नाल जोड़ रहियां हन, शब्द नाल जोड़ रहियां हन। सतगुरु जी यूट्यूब दे जिन्ने भी वर्कर हन, जिन्ने भी सेवादार हन, जिन्हां दी भी यूट्यूब है, सतगुरु जी इहदा फल उन्हां नूं बख्शिश कर देण दी कृपालता करनी। आप बख्शिशां करन वाले हो, दोवें हथ जोड़ के बेनती है। यूट्यूब दे सिर ते मेहर भरिया, सदा हथ रखना, चढ़दियां कला दे विच रखना। आ जिहड़ी साइड है सच्चे पातशाह जी, इहदा फल आप जी सबना नूं फल देंदे हो। सब फल सतगुर पास, इन्हां नूं वी इहदा फल बख्शिश कर देना। सदा अपना मेहर भरिया यूट्यूब दे सिर ते हथ रखना, बेनती परवान कर लैण दी कृपालता करनी। कृपा निधान दातार पातशाह जी, आप कृपा निध हो, सबना ते कृपा करन वाले हो। कर कृपा प्रभ दीन दयाला, तेरी ओट पूर्ण गोपाला। अगो शब्द, जे जिंदगी रही फिर फाही फासै कौआ, फिर पछताना अब क्या हुआ। ये कथा करांगे, जे मालिक ने, जे धन गुरु नानक साहब जी ने बाजां वाले सतगुरां ने करवाई, गुरु ग्रंथ साहब जी ने करवाई। क्यों घड़ी दा पता नहीं, घड़ी तां दूर है, एक साह दा पता नहीं, क्या जाना जिंदड़िए साह आवे के ना आवे राम। बंदा कहिंदा है मैं कल करांगा, पूर्व की आसा करे पछम ही लै जात। पर वाहिगुरु कहिंदे हन किवें करेंगा, तैनू ते होर पासे जाना पवेगा। गुरबाणी पढ़िया करो, बड़ा ज्ञान है गुरबाणी विच। गुरबाणी विच बड़ा चानना है, इस अंधकार दे विच प्रकाश हो जांदा है। गुरबाणी इस जग में चानन, गुरबाणी इस जग में है चानन, गुरबाणी इस जग में चानन, गुरबाणी इस जग में है चानन, गुरबाणी इस जग में चानन, गुरबाणी इस जग में है चानन। दास वालों बेनती है, सबस्क्राइब जरूर कर दिया करो, अगे भी संगतां नूं दस्या करो कि भाई सबस्क्राइब करो। गुरबाणी विचार लीड्स यूके तो गुरबाणी सरवण करके कोई ते अखर मन विच बैठ जावेगा। कम्मा धंदियां तो थके टुटे जी जदों घर जांदे हन, घड़ी यूट्यूब ते चले जांदे हन, साध संगत एक अखर भी मन विच वस जावे,
ਉਹਦੇ ਨਾਲ ਇਸ ਮਨ ਦਾ ਭਲਾ ਹੋ ਜਾਵੇਗਾ, ਤਨ ਦਾ ਵੀ ਭਲਾ ਹੋ ਜਾਵੇਗਾ। ਕਰਮ ਇੰਦਰੀਆਂ ਜਿਹੜੀਆਂ ਹਨ, ਨੌ ਦੁਆਰ ਜਿਹੜੇ ਹਨ, ਨਵੇਂ ਛਿਦਰ ਛਿਦਰ ਮੋਰੀਆਂ ਨੂੰ ਕਹਿੰਦੇ ਹਨ, ਆ ਜਿਹੜੀਆਂ ਸਰੀਰ ਨੂੰ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚ ਚਿੱਕੜ ਹੀ ਚਿੱਕੜ ਹੈ। ਫਰੀਦਾ ਗਲੀਏ ਚਿੱਕੜ, ਇਹਨਾਂ ਗਲੀਆਂ ਵਿੱਚ ਚਿੱਕੜ ਹੀ ਚਿੱਕੜ ਹੈ। ਨਵੇਂ ਛਿਦਰ ਸਰਵ ਹੈ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਕੋਈ ਅੱਖਰ ਤੇ ਮਨ ਵਿੱਚ ਵਸ ਜਾਵੇਗਾ, ਭਲਾ ਹੋ ਜਾਵੇਗਾ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।